ਸਤਿ ਸ਼੍ਰੀ ਅਕਾਲ ਜੀ ਦੋਸਤੋ, ਸਵਾਗਤ ਹੈ ਤੁਹਾਡਾ ਯੂਟਿਊਬ ਚੈਨਲ ਕੁਲਦੀਪ ਆਟੋ ਇਲੈਕਟ੍ਰਿਕ ਸੈਂਟਰ 'ਤੇ। ਅੱਜ ਦੀ ਵੀਡੀਓ ਲੈ ਕੇ ਆਏ ਜੀ, ਸਪਲੈਂਡਰ ਆਇਆ, ਉਹਦਾ ਬੀਮ ਵੀ ਅੱਗੋਂ ਖਰਾਬ ਸੀ ਅਤੇ ਮਗਰੋਂ ਰਿਫਲੈਕਟਰ ਠੀਕ ਸੀ ਉਹਦਾ, ਅਤੇ ਪਰ ਗਲਾਸ ਕਿਸੇ ਦੇਸੀ ਪਾਇਆ ਹੋਇਆ ਸੀ। ਇੱਕ ਉਹ ਚੇਂਜ ਕਰਨਾ ਆਪਾਂ, ਅਤੇ ਇੱਕ ਬ੍ਰੇਕ ਸੁੱਚ ਫਰੰਟ ਵਾਲਾ ਉਹ ਚੇਂਜ ਕਰਨਾ ਵਾ। ਅਤੇ ਆਹ ਦੇਖੋ ਹੁਣ ਸ਼ੀਸ਼ਾ ਪਾਇਆ ਇਹਦਾ ਮਿੰਡਾ ਕੰਪਨੀ ਦਾ ਓਰੀਜਨਲ, ਅਤੇ ਐਂ ਬਿਲਕੁਲ ਨਿਊ ਬੀਮ ਬਣ ਗਿਆ। ਅਤੇ ਲਾਈਟ ਵਿੱਚ ਲਾਵਾਂਗੇ ਆਪਾਂ CYT 40 ਵਾਟ ਦੀ, ਬਹੁਤ ਵਧੀਆ ਲਾਈਟ ਆ, ਅਤੇ ਕੋਪਰ ਲੁੱਕ 'ਚ ਹੈਗੀ ਆ, ਅਤੇ ਫੈਨ ਆ ਉਹਦੀ ਕੋਈ ਵਾਈਬ੍ਰੇਸ਼ਨ ਨਹੀਂ ਹੈਗੀ, ਛੋਟਾ ਜਿਹਾ ਫੈਨ ਆ, ਇਹ ਹੀਟ ਨਹੀਂ ਹੋਣ ਦਿੰਦਾ ਲਾਈਟ ਨੂੰ। ਅਤੇ ਓਰੀਜਨਲ ਲਾਈਟ ਆ, ਇਹਦੇ ਵਿੱਚ ਕੋਪੀ ਵੀ ਤੁਹਾਨੂੰ ਮਿਲ ਜਾਏਗੀ, ਪਰ ਉਹ ਆਪਾਂ ਨਹੀਂ ਰੱਖੀ ਤੀ, ਅਤੇ ਕੋਈ 50-60 ਰੁਪਏ ਸਸਤੀ ਵੇਚ ਦਿੰਦਾ ਲਾਈਟ, ਪਰ ਉਹ ਕੋਪੀ ਹੁੰਦੀ ਹੈ, ਅਤੇ ਨਾ ਉਹਦੀ ਲਾਈਟ ਬਣਦੀ ਹੈ, ਲਾਈਫ ਵੀ ਉਹਦੀ ਘੱਟ ਹੁੰਦੀ ਹੈ। ਅਤੇ ਆਹ ਲਾਈਟ ਬੀਮ ਦੇ ਵਿੱਚ ਕਰਤੀ ਫਿੱਟ, ਮਗਰ ਸੈਲੋ ਟੇਪ ਲਾ ਤੀ ਹੈ ਤਾਂ ਜੋ ਵਿੱਚ ਡਸਟ ਵਗੈਰਾ ਨਾ ਜਾਵੇ, ਅਤੇ ਬਾਕੀ ਕਨੈਕਸ਼ਨ ਵਗੈਰਾ ਕਰਤੇ ਸੀ ਪਹਿਲਾਂ ਆਪਾਂ, ਹੁਣ ਸਿਰਫ ਲਾਈਟ ਹੋਲਡਰ 'ਚ ਲਾਉਣੀ ਹੈ। ਕੋਈ ਵੀ ਚੀਜ਼ ਲਵਾਓ ਚੰਗੀ ਤਰ੍ਹਾਂ ਵੇਖ ਕੇ ਲਵਾਓ ਵੀ ਇਹਦੀ ਕੋਈ ਓਰੀਜਨਲ ਆ ਕਿ ਕੋਪੀ ਆ ਉਹਦੀ, ਅਤੇ 50-60 ਰੁਪਏ ਬਚਾਉਣ ਦੇ ਚੱਕਰ 'ਚ ਆਪਾਂ ਕਈ ਵਾਰੀ ਆਪਣਾ ਨੁਕਸਾਨ ਕਰਵਾ ਲੈਂਦੇ ਹਾਂ, ਹਲਕੀ ਚੀਜ਼ ਲਵਾ ਲੈਂਦੇ ਹਾਂ, ਅਤੇ ਉਹ ਦੁਬਾਰਾ ਫਿਰ ਸਾਨੂੰ ਨਵੇਂ ਸਿਰੋਂ ਫਿਰ ਖਰਚਣੇ ਪੈਂਦੇ ਪੈਸੇ, ਅਤੇ ਇਸ ਕਰਕੇ ਚੀਜ਼ ਵਧੀਆ ਲਵਾਓ। ਬਹੁਤ ਵਧੀਆ ਫੋਕਸ ਬਣਿਆ ਲਾਈਟ ਦਾ। ਅਤੇ ਇਸ ਤੋਂ ਬਾਅਦ ਆਪਾਂ ਫਿਰ ਬੈਕ ਲਾਈਟ ਵੀ ਬਲਬ ਚੇਂਜ ਕਰਨਾ, ਉਹਦਾ LED ਪਾਉਣਾ ਵਾ, ਅਤੇ ਜਦੋਂ ਵੀ ਤੁਸੀਂ ਫਰੰਟ ਵਾਲੀ LED ਲਾਈਟ ਲਾਓ ਅਤੇ ਨਾਲ ਬੈਕ ਲਾਈਟ ਦਾ ਵੀ ਬਲਬ ਚੇਂਜ ਕਰਾਓ, ਉਹ ਵੀ LED ਪਾਓ, ਕਿਉਂਕਿ ਜਿਹੜਾ ਪਹਿਲਾ ਬਲਬ ਹੁੰਦਾ ਉਹ ਰਿਫਲੈਕਟਰ ਫਿਲਾਮੈਂਟ ਵਾਲਾ ਹੁੰਦਾ ਵਾ, ਅਤੇ ਉਹ ਬੈਟਰੀ ਕਾਫੀ ਖਿੱਚਦਾ ਵਾ ਫਿਰ, ਅਤੇ ਉਹਦੇ ਨਾਲ ਬੈਟਰੀ ਡਾਊਨ ਹੁੰਦੀ ਰਹੀ। ਦੇਖੋ ਲਾਈਟ ਬਹੁਤ ਵਧੀਆ ਸ਼ਾਰਪ ਲਾਈਟ ਹੈ, ਪੂਰੀ ਵਾਈਟ CYT ਕੰਪਨੀ ਦੀ। ਆਹ ਪਹਿਲਾ ਬਲਬ ਹੈਗਾ ਜੀ ਵਿੱਚ, ਇਹਦੇ ਉਹ ਆਪਾਂ ਕੱਢਾਂਗੇ ਅਤੇ ਉਹ ਦਿਖਾਵਾਂਗੇ, ਬਿਲਕੁਲ ਬਹੁਤ ਬੈਟਰੀ ਖਿੱਚਦਾ, ਫਿਲਾਮੈਂਟ ਵਾਲਾ ਹੁੰਦਾ ਵਾ। ਇਹਦੇ ਨਾਲ ਵੀ ਬੈਟਰੀ ਫਿਰ ਡਾਊਨ ਹੋ ਜਾਂਦੀ ਜੇ ਲੱਗਾ ਰਹੇ ਨਾਲ। ਆਹ ਦੇਖੋ ਇਹ ਕਾਫੀ ਲੋਡ ਲੈ ਰਿਹਾ ਬਲਬ, ਬੈਟਰੀ 'ਤੇ ਲੋਡ ਪੈਂਦਾ ਸਾਰਾ ਇਹਦਾ, ਅਤੇ ਇਹ ਕੱਢ ਕੇ ਅਤੇ ਗਰਮ ਵੀ ਕਾਫੀ ਹੋ ਜਾਂਦਾ ਇਸ ਕਰਕੇ ਉਹ ਕੱਪੜੇ ਦੇ ਨਾਲ ਆਪਾਂ ਕੱਢਿਆ ਵਾ। ਆਹ ਬਲਬ ਹੁੰਦਾ ਜੀ, ਅਤੇ ਬੈਟਰੀ 'ਤੇ ਕਾਮਯਾਬ ਨਹੀਂ ਹੈਗਾ। ਆਹ ਲਾਵਾਂਗੇ ਆਪਾਂ LED ਬਲਬ ਫਲੈਸ਼ ਵਾਲਾ, ਇਹਦਾ ਇੱਕ ਪੁਆਇੰਟ ਬ੍ਰੇਕ ਦੇ ਨਾਲ ਹੁੰਦਾ ਜਿਹੜਾ ਉਹ ਫਲੈਸ਼ ਕਰੇਗਾ, ਅਤੇ ਦੂਸਰਾ ਪੁਆਇੰਟ ਹੁੰਦਾ ਜਿਹੜਾ ਉਹ ਸਟਿੱਲ ਜਗੇਗਾ ਲਾਈਟ ਦੇ ਨਾਲ। ਕਾਫੀ ਵਧੀਆ ਲੁੱਕ ਬਣਦੀ ਹੈ ਇਹਦੀ ਬਲਬ ਨਾਲ। ਉਹ ਦੇਖੋ ਜੀ ਰੈੱਡ ਕਲਰ, ਆਹ ਬ੍ਰੇਕ ਦੇ ਨਾਲ ਚੱਲੇਗਾ, ਆਹ ਲਾਈਟ ਦੇ ਨਾਲ। ਜਦੋਂ ਆਪਾਂ ਲਾਈਟ ਜਗਾਵਾਂਗੇ ਸਟਿੱਲ ਜਗੇਗਾ, ਅਤੇ ਸਟਿੱਲ ਲਾਈਟ ਦੇ ਜਗਦਿਆਂ ਵੀ ਆਪਾਂ ਬ੍ਰੇਕ ਮਾਰਾਂਗੇ ਅਤੇ ਉਹ ਫਲੈਸ਼ ਕਰੇਗਾ। ਬਾਕੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦੇਣ। ਧੰਨਵਾਦ ਜੀ।